ਹੈਪੀ ਰਾਏ ਕੋਠੀ, ਤੁਹਾਡਾ ਬਹੁਤ ਬਹੁਤ ਸਵਾਗਤ ਬੀਬੀਸੀ ਨਿਊਜ਼ ਪੰਜਾਬੀ ਤੇ। ਥੈਂਕ ਯੂ ਵੀਰੇ, ਥੈਂਕ ਯੂ ਜੀ। ਕੀ ਹਾਲ ਚਾਲ, ਕਿੱਦਾਂ ਠੀਕ ਠਾਕ ਵੀਰੇ? ਤੁਸੀਂ ਸੁਣਾਓ, ਸਭ ਖੈਰੀਅਤ ਹੈ? ਹੱਥ ਚੰਗੀ ਤਰ੍ਹਾਂ ਧੋ ਰਹੇ ਹੋ? ਘਰ ਚ ਹੀ ਹੋ ਕੀ ਕੁਝ ਕਰ ਰਹੇ ਹੋ? ਨਹੀਂ, ਮੈਂ ਹੁਣੇ ਐਕਸਰਸਾਈਜ਼ ਕਰਕੇ ਸ਼ਾਵਰ ਲੈ ਕੇ ਤੇ ਕੁਇਕ ਸ਼ਾਵਰ ਲਿਆ ਤੇ ਨਾਲ ਨਾਲ ਮੈਂ ਆਪਣਾ ਪ੍ਰੋਟੀਨ ਸ਼ੇਕ ਲੈ ਰਿਹਾ। ਲੌਕਡਾਊਨ ਔਰ ਕੋਰੋਨਾ ਵਾਇਰਸ ਦੇ ਇਸ ਮਾਹੌਲ ਦੇ ਵਿੱਚ ਹੈਪੀ ਹੋਰਾਂ ਦੀ ਕਲਮ ਤੋਂ ਇੱਕ ਰੀਸੈਂਟਲੀ ਇੱਕ ਗੀਤ ਨਿਕਲਿਆ ਜਿਹੜਾ ਗਿੱਪੀ ਗਰੇਵਾਲ ਹੋਰਾਂ ਨੇ ਗਾਇਆ, ਔਰ ਸਭ ਸੁੱਖ ਤਾਂ ਹੈ, ਅਸੀਂ ਪਸ਼ੂ ਪੰਛੀ ਬੋਲ ਰਹੇ, ਸਭ ਸੁੱਖ ਤਾਂ ਹੈ। ਇਹ ਆਈਡੀਆ ਕਿਵੇਂ ਆਇਆ ਜ਼ਹਿਨ ਦੇ ਵਿੱਚ? ਮੈਂ ਬੜੇ ਦਿਨਾਂ ਤੋਂ ਮੈਂ ਸੋਚਦਾ ਸੀ ਕਿ ਨਾ, ਜਿੱਦਾਂ ਅਸੀਂ ਪਹਿਲਾਂ ਮੈਂ ਲਾਸਟ ਕੀਤਾ ਸੀ ਅਰਦਾਸ ਕਰਾਂ ਜਿਹੜਾ ਹਾਂਜੀ। ਧਾਰਮਿਕ ਗਾਣਾ, ਤਾਂ ਉਹਦੇ ਵਿੱਚ ਹਰੇਕ ਤਰ੍ਹਾਂ ਦੀ ਗੱਲ ਸੀ ਕਿ ਪੰਛੀਆਂ ਨੂੰ ਖੰਭ ਦਾਤਾ, ਬੰਦਿਆਂ ਨੂੰ ਅੰਗ ਦਾਤਾ, ਜਦੋਂ ਵੀ ਦਈ ਤਾਂ ਪੂਰੇ ਦਈ ਤੂੰ, ਡਿੱਗੀਏ ਤਾਂ ਚੱਕ ਲਵੀ, ਭਟਕੀਏ ਡੱਕ ਲਵੀ, ਸਦਾ ਲਈ ਹੀ ਅੱਖਾਂ ਮੂਹਰੇ ਰਹੀ ਤੂੰ, ਜੀ ਚੱਲਦਾ ਤੂੰ ਰੱਖੀ ਸਦਾ ਪੇਸ਼ਾ ਦਾਤਿਆ, ਰੋਟੀ ਜੋਗੇ ਰੱਖੀ ਤੂੰ ਹਮੇਸ਼ਾ ਦਾਤਿਆ, ਅਰਦਾਸ ਕਰਾਂ। ਉਹ ਚ ਹਰ ਤਰ੍ਹਾਂ ਦੀਆਂ ਗੱਲਾਂ ਸੀ, ਜਿੱਦਾਂ ਇੱਕ ਕਿਸੀ ਕਹਿੰਦਾ ਹੋਰ ਇੱਕ ਗੱਲੋਂ ਮੇਰੀ ਜਾਨ ਡਰੇ ਜੀ, ਪੈਸੇ ਪਿੱਛੇ ਕਦੇ ਨਾ ਕਿਸਾਨ ਮਰੇ ਜੀ, ਅਰਦਾਸ ਕਰਾਂ। ਮਤਲਬ ਹਰ ਤਰ੍ਹਾਂ ਦੀ ਨਾ ਅਰਦਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਚ ਵੀ, ਅਰਦਾਸ ਕੋਈ ਹਰ ਗੱਲ ਹੋ ਜਾਵੇ। ਤਾਂ ਹੁਣ ਆਹ ਮਾਹੌਲ ਨੂੰ ਦੇਖ ਕੇ ਫਿਰ ਮੈਂ ਲਿਖਿਆ ਸੀ ਕਿ ਜੱਗ ਤੋਂ ਬਿਮਾਰੀ ਕਰ ਸਾਫ਼ ਦਿਓ, ਭੁੱਲ ਚੁੱਕ ਸਾਡੀ ਕਰ ਮਾਫ਼ ਦਿਓ, ਅਰਦਾਸ ਕਰਾਂ। ਚਲੋ ਇਹ ਲੱਗੇ ਸੀ, ਮੇਰੀ ਇੱਕ ਦਿਨ ਗਿੱਪੀ ਭਾਈ ਉਹਨਾਂ ਨਾਲ ਗੱਲ ਹੋਈ, ਮੈਂ ਵੀ ਏਦਾਂ ਪਸ਼ੂ ਪੰਛੀਆਂ ਤੇ ਕੁਛ ਹੈ ਨਾ ਹੋਣਾ ਚਾਹੀਦਾ, ਵੀ ਉਹ ਹੁਣ ਉਹਨਾਂ ਦਾ ਕੀ ਫੀਲ ਹੋ ਸਕਦਾ, ਉਹ ਹੁਣ ਕੀ ਸੋਚ ਰਹੇ ਹੋਣਗੇ ਨਾ, ਜਿਹੜੇ ਬੋਲ ਹੀ ਨਹੀਂ ਸਕਦੇ ਬੰਦੇ ਦਾ, ਫੇਰ ਚਲੋ ਕਿਤੇ ਧਰਨਾ ਲਾ ਦੇਣਗੇ, ਕੋਈ ਸੋਸ਼ਲ ਮੀਡੀਆ ਆ ਜਾਊਗਾ, ਜਿਹੜੇ ਬੇਜ਼ੁਬਾਨ ਨੇ ਉਹਨਾਂ ਦੀ ਜੀ ਫੜੀ ਜਾਣੀ ਚਾਹੀਦੀ ਆ। ਤਾਂ ਉੱਥੋਂ ਸਿੱਖ ਕੇ ਅਸੀਂ ਪਸ਼ੂ ਤੇ ਪੰਛੀ ਬੋਲ ਰਹੇ ਭਲਾ ਸੁੱਖ ਤਾਂ ਹੈ, ਕਿਉਂ ਲੋਕ ਕੁੰਡੇ ਨਹੀਂ ਖੋਲ ਰਹੇ ਭਲਾ ਸੁੱਖ ਤਾਂ ਹੈ। ਤਾਂ ਇਹ ਆਈਡੀਆ ਸੀ ਬੇਸਿਕਲੀ। ਹੈਪੀ, ਜਦੋਂ ਲੌਕਡਾਊਨ ਅਨਾਊਂਸ ਹੋਇਆ ਇੰਡੀਆ ਦੇ ਵਿੱਚ, ਔਰ ਤੁਸੀਂ ਉਦੋਂ ਕਿੱਥੇ ਕਿੱਥੇ ਸਫ਼ਰ ਕਰ ਰਹੇ ਸੀ? ਘਰ ਵਿੱਚ ਸੀ, ਮੋਹਾਲੀ ਸੀਗੇ, ਕਿਉਂਕਿ ਇੰਡਸਟਰੀ ਸਾਰੀ ਮੋਹਾਲੀ 'ਚ ਬੈਠੀ ਹੋਈ ਹੈ, ਐਂਟਰਟੇਨਮੈਂਟ ਇੰਡਸਟਰੀ, ਕਿਉਂਕਿ ਤੁਸੀਂ ਸਿਲਸਿਲੇਵਾਰ ਜਾਂਦੇ ਰਹਿੰਦੇ ਹੋ, ਤੁਹਾਡਾ ਗੇੜਾ ਲੱਗਦਾ ਰਹਿੰਦਾ ਹੈ। ਉਸ ਵੇਲੇ ਤੁਸੀਂ ਕਿੱਥੇ ਸੀ, ਔਰ ਜ਼ਹਿਨ ਦੇ ਵਿੱਚ ਕੀ ਕੁਝ ਚੱਲ ਰਿਹਾ ਸੀਗਾ? ਪਰਿਵਾਰ ਨੂੰ ਲੈ ਕੇ ਫਿਕਰ ਸੀ, ਦੋਸਤਾਂ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਸੀ? ਮੈਂ ਤਾਂ ਬਾਈ ਬਹੁਤ ਸਟ੍ਰੈਸ ਸੀਗਾ ਜਦੋਂ ਆਹ ਦਿਨ ਲੰਘਿਆ, ਜਦੋਂ ਸ਼ੁਰੂ ਹੋਇਆ ਸਿਸਟਮ, ਕਿਉਂਕਿ 22nd ਦੀ ਮੇਰੀ ਸਿਸਟਰ ਦੀ ਮੈਰਿਜ ਸੀ, ਹਾਂਜੀ 22 ਤਰੀਕ ਨੂੰ, ਹੈਨਾ, ਤੇ ਅਸੀਂ 19 ਤਰੀਕ ਦਾ ਸਾਡਾ ਜਾਗੋ ਦਾ ਪ੍ਰੋਗਰਾਮ ਸੀਗਾ, ਫਿਰ ਮਹਿੰਦੀ ਸੀ, ਫਿਰ ਆਪਣਾ ਬੈਂਗਲ ਸੈਰਾਮਨੀ, ਇੱਦਾਂ ਕੁਝ ਸੀਗੀਆਂ ਸੈਰਾਮਨੀ ਜਿਹੜੀਆਂ ਸੀਗੀਆਂ ਨਾ, ਤੇ 19 ਤਰੀਕ ਰੌਲਾ ਚੱਲ ਪਿਆ ਸੀ ਏਦਾਂ 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 ਵੀ ਆ ਹੁਣ 19 ਤਰੀਕ, ਅਸੀਂ ਸੋਚਿਆ ਵੀ ਹੁਣ, ਕਿਉਂਕਿ ਇੱਕਦਮ ਤੁਸੀਂ 3-4 ਦਿਨ ਪਹਿਲਾਂ ਪਲਾਨ ਨਹੀਂ ਚੇਂਜ ਕਰ ਸਕਦੇ, ਹਫਤਾ ਪਹਿਲਾਂ ਤੁਸੀਂ ਚੇਂਜ ਨਹੀਂ ਕਰ ਸਕਦੇ, ਹੁਣ ਕੀ ਕਰੀਏ, ਕਿਉਂਕਿ ਸਾਰੀ ਚੀਜ਼ ਮਿੱਥੀ ਹੁੰਦੀ ਹੈ, ਬਣੀ ਹੁੰਦੀ ਹੈ ਨਾ ਪਲੈਨਿੰਗ। ਤਾਂ 19 ਤਰੀਕ ਨੂੰ ਰਾਤ ਨੂੰ ਇਹ ਬਿਆਨ ਆਇਆ ਮੋਦੀ ਸਾਹਿਬ ਦਾ ਵੀ ਲੋਕਡਾਊਨ ਰਹੂਗਾ, 22 ਤਰੀਕ ਨੂੰ ਕਰਫਿਊ ਲੱਗ, ਤੇ 22 ਦੀ ਮੈਰਿਜ ਸੀ, ਤੇ ਮੈਂ ਸੀਗਾ ਘਰੇ ਰਾਏਕੋਟ ਸੀ। ਮਤਲਬ ਮੈਂ ਤਾਂ ਬਹੁਤ ਜ਼ਿਆਦਾ ਸਟ੍ਰੈਸ ਸੀ, ਬਸ ਇੱਕ ਰੋਇਆ ਨੀ, ਤੁਸੀਂ ਇਹ ਸੋਚ ਲਓ ਮੈਨੂੰ ਇੰਨੀ ਜ਼ਿਆਦਾ ਸਟ੍ਰੈਸ ਸੀ ਉਦੋਂ, ਕਿਉਂਕਿ ਭੈਣ ਦਾ ਵਿਆਹ ਹੋਵੇ, ਸਪੈਸ਼ਲੀ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ, ਉੱਤੋਂ ਇਹ ਚੀਜ਼ਾਂ ਬਣਦੀਆਂ ਹੋਣ, ਤੇ ਉੱਤੋਂ ਤੁਹਾਨੂੰ ਪਹਿਲਾਂ ਤੁਹਾਡੇ ਖਾਸ ਬੰਦਿਆਂ ਨੇ ਰੋਕਿਆ ਹੋਵੇ ਕਿ ਹਲੇ ਆਪਾਂ ਰੁਕ ਜਾਈਏ, ਤੇ ਮੈਂ ਕਿਹਾ ਸੀ ਨਹੀਂ ਯਾਰ ਆਪਣੇ ਨੀ ਏਡਾ ਕੋਈ ਚੱਕਰ ਹੈ ਇੰਡੀਆ 'ਚ, ਮੈਂ ਖੁਦ ਸੀਰੀਅਸ ਨਹੀਂ ਸੀ ਲੈ ਇਸ ਚੀਜ਼ ਨੂੰ ਲੈ ਕੇ, ਤਾਂ ਮੈਂ ਤਾਂ ਬਸ ਬਹੁਤ ਸਟ੍ਰੈਸ ਸੀ ਬਾਈ। ਤੁਸੀਂ ਕੀ ਕੁਝ ਪ੍ਰੀਕਾਸ਼ਨਸ ਲੈ ਰਹੇ ਹੋ, ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਤੁਸੀਂ ਰੱਖ ਰਹੇ ਹੋ? ਬਈ ਅਸੀਂ ਤਾਂ ਖਾਸ ਕਰੀ ਆ, ਅਸੀਂ ਤਾਂ ਬਿਲਕੁਲ ਵੀ, ਮੈਂ ਤਾਂ ਸਾਡੀ ਫੈਮਿਲੀ ਚੋਂ ਈਵਨ ਕੋਈ ਬਾਹਰ ਜਾਂਦਾ ਹੀ ਨਹੀਂ, ਕਰਫਿਊ ਵਾਲੇ ਚੱਕਰ 'ਚ ਮੈਂ ਪਹਿਲਾਂ ਹੀ ਲਾਈਵ ਹੋ ਕੇ ਆਪਣੇ ਪੇਜ ਤੇ ਬੋਲਤਾ ਸੀ ਕਿ ਮੇਰੇ ਤੋਂ ਮਨਾ ਹੁੰਦਾ ਨਹੀਂ ਕਿਸੇ ਨੂੰ, ਤੇ ਪਲੀਜ਼ ਪਰ ਮੈਨੂੰ ਮਿਲਣ ਆਇਓ ਕਿ ਹੁਣ ਮੈਨੂੰ ਮਿਲਿਆ ਜਾਣਾ ਨਹੀਂ, ਹੈ ਨਾ, ਪਰ ਫਿਰ ਵੀ ਕਈ ਮੁੰਡੇ ਆਏ ਮਿਲਣ ਆਉਂਦੇ ਸੀ, ਤਾਂ ਫਿਰ ਮੈਂ ਛੱਤ ਤੋਂ ਹੀ ਮਿਲਿਆ ਉਹਨਾਂ ਨੂੰ, ਮੈਂ ਥੱਲੇ ਜਾ ਕੇ ਮਿਲਿਆ ਨਹੀਂ, ਕਿਉਂਕਿ ਇਹ ਚੀਜ਼ ਇਕੱਲੇ ਮੇਰੇ ਲਈ ਨਹੀਂ ਉਹਨਾਂ ਲਈ ਵੀ ਓਨਾ ਹੀ ਬਚਾਅ, ਹੈ ਨਾ, ਜਿੰਨਾ ਜੀ ਘਰੇ ਰਹੋਗੇ ਤੁਸੀਂ ਓਨਾ ਸੇਫ ਰਹੋਗੇ।
ਕੁਛ ਨਵਾਂ ਪੜ੍ਹਿਆ ਵੀ, ਕੋਈ ਕਿਤਾਬ ਕਿਸੇ ਨੂੰ ਸੁਜੈਸਟ ਕਰਨੀ ਹੋਵੇ, ਕੋਈ ਕਿਤਾਬ ਜਿਹੜੇ ਸਾਨੂੰ ਦੇਖ ਰਹੇ ਨੇ, ਜਾਂ ਕੋਈ ਫਿਲਮ ਤੁਸੀਂ ਦੇਖੀ ਹੋਵੇ ਆਨਲਾਈਨ ਸਟ੍ਰੀਮਿੰਗ ਦੇ ਥਰੂ? ਅੱਜ ਕੱਲ੍ਹ ਬਹੁਤ ਸਾਰੇ ਪਲੇਟਫਾਰਮਸ ਆ ਗਏ, ਕੁਛ ਨਵਾਂ ਸਿਨੇਮਾ ਜਾਂ ਮਿਊਜ਼ਿਕ ਦੇ ਪਾਰਟ ਤੋਂ ਐਕਸਪਲੋਰ ਕੀਤਾ ਹੋਵੇ? ਮੈਂ ਇੱਕ ਹੁਣ ਉਹ ਸ਼ੁਰੂ ਕੀਤੀ ਆ ਵੈਬ ਸੀਰੀਜ਼, ਇੱਕ ਮਨੀ ਹਾਈਸਟ ਕਰਕੇ, ਮੈਨੂੰ ਸ਼ਾਇਦ ਮਨੀ ਹਾਈਸਟ ਹੀ ਇਹਦਾ ਨਾਮ, ਮੈਨੂੰ ਪਰ ਪਤਾ ਮਨੀ ਨਹੀਂ ਉਹ। ਹਾਈਸਟ ਹੀ ਨਾਮ ਹੈ। ਮੈਂ ਚਾਰੇ ਪਾਰਟ ਕੰਪਲੀਟ ਕਰ ਲਏ ਹੈ। ਅੱਛਾ ਮੈਂ ਤਾਂ ਸ਼ੁਰੂ ਕੱਲ ਪਰਸੋਂ ਕੀਤੀ। ਅੱਛਾ, ਜਦੋਂ ਇਸ ਤਰ੍ਹਾਂ ਦਾ ਸਿਨੇਮਾ ਤੁਸੀਂ ਐਕਸਪਲੋਰ ਕਰ ਰਹੇ ਹੋ ਘਰ ਬਹਿ ਕੇ, ਹੈ ਨਾ, ਜਿਹੜੀ ਕ੍ਰੀਏਟਿਵ ਇੱਕ ਦੁਨੀਆ ਹੈਗੀ ਹੈ, ਜਿਸ ਦੁਨੀਆ ਤੋਂ ਤੁਸੀਂ ਵੀ ਹੁਣ ਬਿਲੋਂਗ ਕਰਦੇ ਹੋ, ਰਾਈਟਰ ਵੀ ਹੋ, ਐਕਟਿੰਗ ਵੀ ਕਰ ਲਈ, ਗਾਣੇ ਵੀ ਗਾ ਲਏ, ਉਹ ਜਿਹੜਾ ਲੈਵਲ ਤੁਸੀਂ ਦੇਖਦੇ ਹੋ, ਕੀ ਲੱਗਦਾ ਹੈ ਪੰਜਾਬੀ ਇੰਡਸਟਰੀ ਔਰ ਬਾਲੀਵੁੱਡ ਨੂੰ ਦੇਖ ਕੇ? ਬਾਲੀਵੁੱਡ ਤਾਂ ਚਲੋ ਹੈਗਾ ਹੀ, ਪਹਿਲਾਂ ਹੀ ਉਹਨਾਂ ਕੋਲ ਤਾਂ ਬਜਟ ਬੜੇ ਵੱਡੇ ਹੁੰਦੇ ਨੇ, ਹਾਂਜੀ। ਪਰ ਮੈਨੂੰ ਲੱਗਦਾ ਕਿ ਆਪਣੀਆਂ ਫਿਲਮਾਂ ਵੀ ਹੁਣ ਵਧੀਆ ਬਜਟ ਦੀਆਂ ਬਣਨ ਲੱਗ ਗਈਆਂ। ਉਦਾਂ ਹੀ ਨਹੀਂ ਰਿਹਾ ਵੀ ਇੱਕ ਬਸ ਜੋ ਮਨ ਚ ਆਇਆ ਬਣਾ ਦਿਓ। ਹਾਂ ਕੱਲੀਆਂ ਮੈਨੂੰ ਕਾਮੇਡੀ ਕੁਮੇਡੀ ਤਾਂ ਥੋੜ੍ਹਾ ਲੱਗਦਾ ਹੁੰਦਾ ਕਿ ਸਿਰਫ ਕਾਮੇਡੀ ਨਹੀਂ ਹੋਣੀ ਚਾਹੀਦੀ, ਕਾਮੇਡੀ ਵੀ ਚਾਹੀਦੀ ਆ, ਪਰ ਕੁਛ ਨਾ ਕੁਛ ਤਾਂ ਅਲੱਗ ਹੋਵੇ। ਸੈਂਸਿਟਿਵ ਹੋਵੇ ਤੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰੇ। ਜਿੱਦਾਂ ਹੁਣ ਵਾਰਨਿੰਗ ਆਇਆ ਸੀ ਵੈਬ ਸੀਰੀਜ਼, ਉਹ ਫਿਰ ਬਹੁਤ ਪਸੰਦ ਕੀਤਾ ਲੋਕਾਂ ਨੇ ਹਾਂਜੀ। ਵਾਰਨਿੰਗ ਦੇ ਦੋਨੇ ਐਪੀਸੋਡ, ਮਤਲਬ ਉਹਦੀ ਮਾਊਥ ਪਬਲਿਸਿਟੀ ਸੀ ਕਿ ਯਾਰ ਆਇਆ ਦੇਖੋ ਦੇਖੋ। ਈਵਨ ਹੁਣ ਉਹਨਾਂ ਨੇ ਕਹਿਤਾ ਕਿ ਫਿਲਮ ਬਣਾਵਾਂਗੇ ਇਹਦੇ ਤੇ। ਆਪਣਾ ਫਿਲਮ ਫਿਲਮ ਆਉਣੀ ਫਿਲਮਾਂ ਤੇ ਉੱਤੋਂ ਕਹਿਤਾ ਕਿ ਉਹ ਹੁਣ ਬਣੂਗੀ ਅਡਲਟ। ਪਰ ਤੁਹਾਨੂੰ ਲੱਗਦਾ ਕਿ ਪੰਜਾਬੀ ਆਡੀਅੰਸ ਉਸ ਲੈਵਲ ਦਾ ਸਿਨੇਮਾ ਥੀਏਟਰ ਦੇ ਵਿੱਚ ਜਾ ਕੇ, ਜਿਹੜਾ 18 ਪਲੱਸ ਵਾਲਾ, ਉਹ ਆਡੀਅੰਸ ਹੈਗੀ ਆਪਣੀ? ਕਿੰਨੀਆਂ ਫਿਲਮਾਂ ਆਪਣੇ ਇੱਦਾਂ ਦੀਆਂ ਆਉਂਦੀਆਂ ਜਿਹੜੀ ਆਪਣੇ ਲੋਕ ਦੇਖਦੇ ਨੇ, ਤਾਂ ਮੈਨੂੰ ਲੱਗਦਾ ਜਾਂਦੇ ਸਾਰੇ ਹੀ ਨੇ ਬਸ ਉੱਤੋਂ ਉੱਤੋਂ ਰੌਲਾ ਪਾਉਂਦੇ ਹੁੰਦੇ ਸੱਭਿਆਚਾਰ ਸੱਭਿਆਚਾਰ ਵਾਲਾ ਸਿਸਟਮ ਯਾਰ। ਇਸ ਤੋਂ ਇਲਾਵਾ ਹੈਪੀ, ਮੈਂ ਦੇਖ ਰਿਹਾ ਸੀ ਤੁਹਾਡੇ ਇੰਸਟਾਗ੍ਰਾਮ ਅਕਾਊਂਟ ਤੇ, ਤੁਸੀਂ ਨਾ ਪਿਛਲੇ ਦਿਨਾਂ 'ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਆਪਣੀਆਂ ਪਰਸਨਲ ਲਾਈਫ ਦੀਆਂ, ਹਨਾ, ਤੁਹਾਡੇ ਹਾਂਜੀ ਪੁੱਤਰ ਆਰਵ ਦਾ ਵੀ ਜਨਮ ਹੋਇਆ, ਤੁਸੀਂ ਰੀਸੈਂਟਲੀ ਉਹਨਾਂ ਦੇ ਨਾਮ ਦੇ ਨਾਲ ਹੈਸ਼ਟੈਗ ਪਾ ਕੇ ਸ਼ੇਅਰ ਕੀਤਾ, ਉਹਨਾਂ ਨੂੰ ਕਿੰਨਾ ਮਿਸ ਕਰ ਰਹੇ ਹੋ? ਮੈਨੂੰ ਪਤਾ ਲੱਗਿਆ ਉਹ ਤਾਂ ਬਾਹਰ। ਮੈਂ ਸੱਚੀ ਬਹੁਤ ਮਿਸ ਕਰ ਰਿਹਾ। ਮੈਂ ਬਸ ਇੱਕ ਕਹਿ ਲਓ ਕਿ ਦੱਸਿਆ ਨਹੀਂ ਜਾ ਸਕਦਾ ਕਿ ਮੈਂ ਕਿੰਨਾ ਕਰ ਰਿਹਾ, ਪਰ ਮੈਂ ਬਹੁਤ ਮਿਸ ਕਰ ਰਿਹਾ ਕਿਉਂਕਿ ਹੁਣ ਮੈਨੂੰ ਐਂ ਲੱਗਦਾ ਸੀ ਕਿ ਅਸੀਂ ਇਕੱਠੇ ਹੋਣੇ ਚਾਹੀਦੇ ਸੀ ਹੁਣ ਜਿੱਦ, ਹਾਲਾਂਕਿ ਹੁਣ ਉਹ US ਨੇ ਤੇ ਉੱਥੇ ਵੀ ਮਾਹੌਲ ਬੜਾ ਵਿਗੜਿਆ ਹੋਇਆ, ਹਾਂਜੀ, ਤੇ ਹੈਗੇ ਤਾਂ ਉਹ ਘਰੇ ਨੇ, ਨਿਕਲਦੇ ਨਹੀਂ। ਅਸੀਂ ਵੈਸੇ ਵੀ ਜਦੋਂ ਉੱਥੇ ਹੁੰਦੇ ਅਸੀਂ ਬਾਹਰ ਜਾਂਦੇ ਨਹੀਂ ਜ਼ਿਆਦਾ। ਜਦੋਂ ਇਹ ਲੋਕਡਾਊਨ ਖਤਮ ਹੋ ਗਿਆ, ਉਸ ਤੋਂ ਪਹਿਲੇ ਹਫਤੇ ਤੁਹਾਡੀਆਂ ਕੀ ਪ੍ਰਾਥਮਿਕਤਾ ਰਹਿਣ ਵਾਲੀ ਹੈ, ਪ੍ਰਾਇੋਰਟੀਜ਼ ਕੀ ਰਹਿਣ ਵਾਲੀਆਂ, ਕਿ ਮੈਂ ਆਹ ਕੰਮ ਪਹਿਲਾਂ ਜਾ ਕੇ ਕਰਨਾ, ਇਹਨੂੰ ਫੋਨ ਕਰਨਾ, ਇਹਨੂੰ ਮਿਲਣਾ, ਕੋਈ ਇਸ ਤਰ੍ਹਾਂ ਸੋਚਿਆ? ਸਭ ਤੋਂ ਮੈਂ ਤਾਂ ਸੱਚੀ ਦੱਸਾਂ, ਮੈਂ ਤਾਂ ਹਲੇ ਵੀ, ਮੇਰਾ ਅੱਜ ਪੂਰਾ ਮਨ ਸੀ ਮੈਂ ਸਟੂਡੀਓ ਜਾਵਾਂ ਅੱਛਾ, ਵੀ ਯਾਰ ਸਟੂਡੀਓ ਜਾਵਾਂ ਕਿ 2 ਕੁ ਦਿਨ ਚ ਕੋਈ ਆਡੀਓ ਆਡੀਓ ਛੱਡੀਏ ਯਾਰ, ਵੀ ਗੈਪ ਜਿਹਾ ਸੁਣਨਾ ਜਿਹਾ ਲੱਗਣ ਲੱਗ ਜਾਂਦਾ ਨਾ। ਪਰ ਫਿਰ ਉਹੀ ਕਿ ਨਹੀਂ ਆਪਾਂ ਹਲੇ ਸੇਫ ਰਹਿਣਾ, ਨਹੀਂ ਨਿਕਲਣਾ ਬਾਹਰ, ਤਾਂ ਇੱਦਾਂ ਆਪਣੇ ਮਨ ਚ, ਈਵਨ ਘਰਦੇ ਵੀ ਜਾਣ ਨੀ ਦਿੰਦੇ, ਜੇ ਮੈਂ ਚਾਹਵਾਂ ਵੀ ਤਾਂ ਜਾਣ ਨੀ ਦਿੰਦੇ ਨਾ। ਤੇ ਸਭ ਤੋਂ ਪਹਿਲਾਂ ਮੈਂ ਸਟੂਡੀਓ ਜਾਊਂਗਾ ਜੀ। ਬਹੁਤ ਬਹੁਤ ਸ਼ੁਕਰੀਆ ਹੈਪੀ ਰਾਏਕੋਟੀ, ਤੁਸੀਂ ਰਾਏਕੋਟ ਤੋਂ ਸਾਡੇ ਨਾਲ ਕਨੈਕਟ ਹੋਏ BBC News Punjabi ਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਵਕਤ ਦੇਣ ਲਈ।